इस वेले दी वड्डी और दुखदाई खबर कैनेडा दे विच इक होर पंजाबी नौजवान दी मौत हो गई। भयानक सड़की हादसे दे विच इस दी जान चली गई। मापिया दा इकलौता पुत सी, हाले 6 साल पहला ही चंगे भविख दे लई कैनेडा गया सी। अगले महीने इसने वापस पंजाब परतना सी, पर उस तो पहला ही भयानक सड़की हादसे दे विच इस दी मौत हो गई। जानकारी मुताबिक यह नौजवान अपने पिता दे कोल कैनेडा दे विच रह रहा सी। कार अते ट्रैक्टर दी भयानक टक्कर हुई जिस दे विच इस दी मौत हुई। गढ़ शंकर दे पिंड पालदी दा रहण वाला सी दलवीर सिंह। चंगे भविख दे लई कैनेडा गया सी। परिवार दे विच उस दी भैण और मापिया दा ए इक इकलौता पुत सी। तां इक पंजाबी नौजवान दी कैनेडा दे विच दर्दनाक मौत हुई। कार अते ट्रैक्टर दी भयानक टक्कर दे विच गढ़ शंकर दे पिंड पालदी दा रहण वाला नौजवान दलवीर सिंह मारिया गया। हाले 6 साल पहला ही कैनेडा गया सी अपने पिता दे कोल, तां अगले महीने इसने वापस पंजाब परतना सी, पर उस तो पहला ही कैनेडा दे विच सड़की हादसा होया जिस दे विच इस नौजवान दी मौत हो गई। ਤਾਂ ਇਸ ਵੇਲੇ ਦੀ ਵੱਡੀ ਔਰ ਦੁੱਖਦਾਈ ਖਬਰ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਭਿਆਨਕ ਸੜਕੀ ਹਾਦਸੇ ਦੇ ਵਿੱਚ ਇਸ ਦੀ ਜਾਨ ਚਲੀ ਗਈ। ਮਾਪਿਆਂ ਦਾ ਇਕਲੌਤਾ ਪੁੱਤ ਸੀ, ਹਾਲੇ 6 ਸਾਲ ਪਹਿਲਾਂ ਹੀ ਚੰਗੇ ਭਵਿੱਖ ਦੇ ਲਈ ਕੈਨੇਡਾ ਗਿਆ ਸੀ। ਅਗਲੇ ਮਹੀਨੇ ਇਸਨੇ ਵਾਪਸ ਪੰਜਾਬ ਪਰਤਣਾ ਸੀ, ਪਰ ਉਸ ਤੋਂ ਪਹਿਲਾਂ ਹੀ ਭਿਆਨਕ ਸੜਕੀ ਹਾਦਸੇ ਦੇ ਵਿੱਚ ਇਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਆਪਣੇ ਪਿਤਾ ਦੇ ਕੋਲ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ। ਕਾਰ ਅਤੇ ਟਰੈਕਟਰ ਦੀ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ ਇਸ ਦੀ ਮੌਤ ਹੋਈ। ਗੜ ਸ਼ੰਕਰ ਦੇ ਪਿੰਡ ਪਾਲਦੀ ਦਾ ਰਹਿਣ ਵਾਲਾ ਸੀ ਦਲਵੀਰ ਸਿੰਘ। ਚੰਗੇ ਭਵਿੱਖ ਦੇ ਲਈ ਕੈਨੇਡਾ ਗਿਆ ਸੀ। ਪਰਿਵਾਰ ਦੇ ਵਿੱਚ ਉਸ ਦੀ ਭੈਣ ਔਰ ਮਾਪਿਆਂ ਦਾ ਇਹ ਇੱਕ ਇਕਲੌਤਾ ਪੁੱਤ ਸੀ। ਤਾਂ ਇੱਕ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਰਦਨਾਕ ਮੌਤ ਹੋਈ। ਕਾਰ ਅਤੇ ਟਰੈਕਟਰ ਦੀ ਭਿਆਨਕ ਟੱਕਰ ਦੇ ਵਿੱਚ ਗੜ੍ਹ ਸ਼ੰਕਰ ਦੇ ਪਿੰਡ ਪਾਲਦੀ ਦਾ ਰਹਿਣ ਵਾਲਾ ਨੌਜਵਾਨ ਦਲਵੀਰ ਸਿੰਘ ਮਾਰਿਆ ਗਿਆ। ਹਾਲੇ 6 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਆਪਣੇ ਪਿਤਾ ਦੇ ਕੋਲ, ਤਾਂ ਅਗਲੇ ਮਹੀਨੇ ਇਸਨੇ ਵਾਪਸ ਪੰਜਾਬ ਪਰਤਣਾ ਸੀ, ਪਰ ਉਸ ਤੋਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਸੜਕੀ ਹਾਦਸਾ ਹੋਇਆ ਜਿਸ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ। ਤਾਂ ਇਸ ਵੇਲੇ ਦੀ ਵੱਡੀ ਔਰ ਦੁੱਖਦਾਈ ਖਬਰ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਭਿਆਨਕ ਸੜਕੀ ਹਾਦਸੇ ਦੇ ਵਿੱਚ ਇਸ ਦੀ ਜਾਨ ਚਲੀ ਗਈ। ਮਾਪਿਆਂ ਦਾ ਇਕਲੌਤਾ ਪੁੱਤ ਸੀ, ਹਾਲੇ 6 ਸਾਲ ਪਹਿਲਾਂ ਹੀ ਚੰਗੇ ਭਵਿੱਖ ਦੇ ਲਈ ਕੈਨੇਡਾ ਗਿਆ ਸੀ। ਅਗਲੇ ਮਹੀਨੇ ਇਸਨੇ ਵਾਪਸ ਪੰਜਾਬ ਪਰਤਣਾ ਸੀ, ਪਰ ਉਸ ਤੋਂ ਪਹਿਲਾਂ ਹੀ ਭਿਆਨਕ ਸੜਕੀ ਹਾਦਸੇ ਦੇ ਵਿੱਚ ਇਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਆਪਣੇ ਪਿਤਾ ਦੇ ਕੋਲ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ। ਕਾਰ ਅਤੇ ਟਰੈਕਟਰ ਦੀ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ ਇਸ ਦੀ ਮੌਤ ਹੋਈ। ਗੜ੍ਹ ਸ਼ੰਕਰ ਦੇ ਪਿੰਡ ਪਾਲਦੀ ਦਾ ਰਹਿਣ ਵਾਲਾ ਸੀ ਦਲਵੀਰ ਸਿੰਘ। ਚੰਗੇ ਭਵਿੱਖ ਦੇ ਲਈ ਕੈਨੇਡਾ ਗਿਆ ਸੀ। ਪਰਿਵਾਰ ਦੇ ਵਿੱਚ ਉਸ ਦੀ ਭੈਣ ਔਰ ਮਾਪਿਆਂ ਦਾ ਇਹ ਇੱਕ ਇਕਲੌਤਾ ਪੁੱਤ ਸੀ। ਤਾਂ ਇੱਕ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਰਦਨਾਕ ਮੌਤ ਹੋਈ। ਕਾਰ ਅਤੇ ਟਰੈਕਟਰ ਦੀ ਭਿਆਨਕ ਟੱਕਰ ਦੇ ਵਿੱਚ ਗੜ੍ਹ ਸ਼ੰਕਰ ਦੇ ਪਿੰਡ ਪਾਲਦੀ ਦਾ ਰਹਿਣ ਵਾਲਾ ਨੌਜਵਾਨ ਦਲਵੀਰ ਸਿੰਘ ਮਾਰਿਆ ਗਿਆ। ਹਾਲੇ 6 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਆਪਣੇ ਪਿਤਾ ਦੇ ਕੋਲ, ਤਾਂ ਅਗਲੇ ਮਹੀਨੇ ਇਸਨੇ ਵਾਪਸ ਪੰਜਾਬ ਪਰਤਣਾ ਸੀ, ਪਰ ਉਸ ਤੋਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਸੜਕੀ ਹਾਦਸਾ ਹੋਇਆ ਜਿਸ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ।